아야 니네들 다 잠깐. 아야 너 또 오게 된 거야. 아야. 왜? 아야. 뭘 빼야 진짜 뭘 빼야. 잘 들어 기준 어디 몰라. 잘 들어 내리 둘이 오늘 내가 오늘 기준이니 ਫਟਿਆ ਕਿਵੇਂ ਨਾ ਮੇਰੇ ਵੱਲ ਤੂੰ ਆ ਮੇਰੀ ਤੋਟੇ ਤੇ ਮੈਂ ਨਹੀਂ ਤੋਟੇ ਤੂੰ ਆ ਕੱਟੀ ਭਾਈ ਮੇਰੇ ਕੋ ਵੀ ਦੇ ਦੋ ਕਹਿੰਦੇ ਕਿੱਥੇ ਆ ਗਏ ਕਹਿੰਦੇ ਹਵੇਲੀ ਆ ਗਏ ਚਲੋ ਆ ਗਏ ਹਵੇਲੀ ਸਾਰਾ ਕੁਝ ਬੰਦ ਆ ਬਈ ਅੰਦਰ ਆ ਜਾ ਬਾਈ ਪੈ ਜੀ ਇੱਥੇ ਮੰਜੇ ਡਾ ਕੇ ਧੁੱਪ ਬਹੁਤ ਜ਼ਿਆਦਾ ਆ 42 ਡਿਗਰੀ ਟੈਂਪਰੇਚਰ ਆ ਰੁਕ ਜਾ ਲੋ ਵੀ ਰੋਟੀ ਖਾ ਲਈ ਆਪਾਂ ਤੁਹਾਨੂੰ ਕਿੱਦਾਂ ਲੱਗੀ ਓਏ ਖਬਰ ਕੀ ਹੁੰਦੀ ਆ ਸਬਰ ਜ਼ਬਰਦਸਤ ਅੱਛਾ ਜ਼ਬਰਦਸਤ ਆ ਜਿਹੜਾ ਸਬਜ਼ੀ ਹੈ ਨਾ ਆ ਜਿਹੜੀ ਉਹਨਾਂ ਨੇ ਡੋਂਗੇ ਜੀ ਲੱਗ ਗਏ ਖਾਣ ਯਾ ਡੋਂਗ ਕੋਲੀਆਂ ਦਾ ਦੇ ਲੈ ਕਿੱਡੀਆਂ ਕਿ ਦਿੱਤੀਆਂ ਨੇ ਕੋਲੀਆਂ ਦੇ ਹਿਸਾਬ ਦੀਆਂ ਨਹੀਂ ਸੀ ਬਾਲੀਆਂ ਨਿੱਕੀਆਂ ਸੀ ਆਪਾਂ ਨੂੰ ਵੀ ਨਾ ਖਾਈਏ ਡੇਂਡੇ ਕੋਲੀਆਂ ਦੀ ਰੋਟੀ ਓਏ ਆ ਜਿਹੜੀ ਸਬਜ਼ੀ ਹੈ ਨਾ ਇਹ ਤੋਂ ਉੱਤੇ ਕੁਝ ਨਹੀਂ ਹੈਗਾ ਸੱਚੀ ਗੱਲ ਆ ਧਰਮ ਰਾਜ ਦੀ ਸੌਣ ਲੱਗੇ ਜਿਹੜੇ ਧਰਮ ਰਾਜ ਜੀ ਵੱਡੇ ਮਹਾਰਾਜ ਜੀ ਹੁੰਦੀ ਆ ਓਏ ਸੌਂ ਪਾਗਲਾ ਜਿਹਾ ਉਹਨੇ ਤਾਂ ਕੁਝ ਕਿਹਾ ਹੀ ਨਹੀਂ ਅਏ ਅੱਖਾਂ ਮੀਚ ਕੇ ਖਾਈ ਜਾਂਦਾ ਵੱਡੇ ਮਹਾਰਾਜ ਦੀ ਸੌਣ ਲੱਗੇ ਬਈ ਆ ਜਾ ਚੈਸ ਕਰੀਏ ਆਨੰਦ ਆ ਰਿਹਾ ਚੀਅਰਸ ਹੁੰਦਾ ਵਾ ਚੈਸ ਨਹੀਂ ਚਲੋ ਬਈ ਰੋਟੀ ਪਾਣੀ ਡਨ ਹੋ ਰਿਹਾ ਵਾ ਅਸੀਂ ਉਹਨੂੰ ਕਿ ਹਲੇ ਬਿੱਲ ਨਾ ਲੈ ਕੇ ਅੱਧਾ ਘੰਟਾ ਸੌਣ ਲੈਂਦੇ ਚੰਗੀ ਤਰ੍ਹਾਂ ਕਰਦੀ 500 ਰੁਪਏ ਮਿਲੂ ਆਪਣੇ ਨਾ 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 ਆਪਣੇ ਪਿੱਛੋਂ ਦੀ ਕਰੀ ਸਿਰ ਤੇ ਚਾਰਟਰ ਵਾਲਾ ਮੋਟਰਸਾਈਕਲ ਬਾਈ ਇਹਦਾ ਕਿੰਨਾ ਰੈਂਟ ਆ ਹੈ ਕਿਤਨੇ ਕਾ ਕਿਤਨੇ ਮਿੰਟ ਚਾਰ ਰਾਊਂਡ ਕਹਾਂ ਪੇ ਇਸੀ ਪੇ ਯਹੀਂ ਪਰ ਆ ਆ ਹਵੇਲੀ ਬਾਈ ਹਵੇਲੀ ਤੋਂ ਨਿਕਲਣ ਲੱਗੇ ਆਪਾਂ ਬਈ ਰੋਟੀ ਖਾ ਕੇ ਮਤਲਬ ਘੱਟੋ ਘੱਟ ਆਪਾਂ 3 ਘੰਟੇ ਉਰੇ ਲਾਤੇ ਹੋਣੇ ਕਿ ਦੋ ਦੋ ਤਾਂ ਆਪਾਂ ਇੱਥੇ ਘੰਟੇ ਲਾ ਹੀ ਦਿੱਤੇ ਹਲੇ ਭਾਈ ਕਹਿੰਦਾ ਸੀ ਏਸੀ ਚ ਬਹਿ ਜਾਓ ਕਹਿੰਦਾ ਮੈਂ ਕਿਹਾ ਥੋੜੀ ਪਹਿਲਾਂ ਕਹਿ ਦਿੰਦਾ ਵੀਰੇ ਅਸੀਂ ਬਹਿ ਵੀ ਜਾਣਾ ਸੀ ਇੱਥੋਂ ਤੁਰੀਏ ਇੱਥੋਂ ਨਿਕਲ ਕੇ ਦੇਖਦੇ ਹਾਂ ਕਿੱਧਰ ਨੂੰ ਜਾਣਾ ਸੀ ਘਰੇ ਜਾਣਾ ਸੀ ਕਿੱਥੇ ਜਾਣਾ ਸੀ ਘਰੇ ਜਾਣਾ ਵੈਸੇ ਹਨੇਰੀ ਚੱਲਣ ਲੱਗ ਗਈ ਰੱਬ ਕਰਕੇ ਘਰੇ ਜਾਂਦੇ ਜਾਂਦੇ ਤੱਕ ਨਾ ਮੀਂਹ ਪੈਣ ਲੱਗ ਜੇ ਅਸੀਂ ਕਹਿੰਦੇ ਅਸੀਂ ਤਾਂ ਮਨਾਲੀ ਨੂੰ ਮੀਂਹ ਲੈ ਕੇ ਆਏ ਹਾਂ ਪੈਕ ਕਰਕੇ ਯੂ ਆਲ ਰਾਈਟ
ਨਾਲ ਕਦੇ ਸੀਗੇ ਇਹਦੇ ਤੇ ਉਹ ਕੋਈ ਪ੍ਰੋਗਰਾਮ ਪਿਆ ਵੀ ਅੱਛਾ ਬਈ ਨੇਰੀ ਚੱਲ ਪਈ ਵੈਸੇ ਹਾਂ ਉਹ ਦੇਖੋ ਨੇਰੀ ਚੱਲਦੀ ਆ ਤਾਂ ਲੱਗ ਰਿਹਾ ਬਈ ਬਾਹਰ ਰੋਲਾ ਨਾ ਅੱਜ ਵੀ ਬਾਹਰ ਚੱਲ ਅਮਨੇ ਦੁਆਰਾ ਤੂੰ ਵੀ ਚੁੱਪ 1 2 3 ਤੂੰ ਬੋਲਿਆ ਵਾ ਉਹਨੇ ਉਹਨੇ ਲੈ ਐ ਤਾਂ ਬੰਦਾ ਐ ਕਰਦਾ ਵਾ ਤੂੰ ਬੋਲਿਆ ਵਾ ਵੀਰੇ ਰੂਲ ਤਾਂ ਰੂਲ ਹੀ ਆ ਯਾਰ ਇਹ ਬੋਲੀ ਆ ਇਹਨੂੰ ਸੈੱਟ ਲੋ ਸੈੱਟ ਲੋ ਤੂੰ ਬੋਲਿਆ ਮੈਂ ਬੋਲਿਆ ਇਹ ਬੋਲੀ ਆ ਤੂੰ ਬੋਲਿਆ ਸਾਰੇ ਦਿਨ ਵੱਟਣਗੇ ਮਾੜੀ ਗੱਲ ਆ ਯਾਰ ਤੁਸੀਂ ਇਹ ਬੋਲੀ ਸੀਗੀ ਤੂੰ ਬੋਲਿਆ ਨਹੀਂ ਬਈ ਇਹ ਬੋਲੀ ਸੀ ਕੀ ਬੋਲੀ ਆ ਦੱਸ ਇਹਨੇ ਤੁਹਾਨੂੰ ਕੋ ਕਿਹਾ ਇਹ ਇਸ਼ਾਰੇ ਅੱਜ ਗੱਲ ਕੀਤੀ ਆ ਨਹੀਂ ਨਹੀਂ ਦੱਸਦਾ ਨਹੀਂ ਕਿ ਮੈਂ ਆਪਣੀ ਬਾਤ ਨਹੀਂ ਮਾੜੀ ਗੱਲ ਮਾੜੀ ਹੈਗੀ ਗੱਲ ਮਾੜੀ ਗੱਲ ਆ ਤੁਹਾਡੇ ਬਾਤ ਨਾ ਨਾ ਯਾਰ ਰੂਲ ਤਾਂ ਰੂਲ ਹੀ ਆ ਸਾਰਿਆਂ ਬਾਤ ਨਹੀਂ ਜੀਜਾ ਬੋਲਿਆ ਯਾਰ ਚਲੋ ਸਫ਼ਰ ਕਰਕੇ ਹਾਂਜੀ ਤੇ ਆਪਣਾ ਘਰ ਤਾਂ ਫਿਰ ਆਪਣਾ ਹੀ ਹੁੰਦਾ ਨਾ ਆਪਾਂ ਆ ਗਏ ਹਾਂ ਘਰ ਵਾਪਸ ਮਨਾਲੀ ਤੋਂ ਅਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਲੋਗਸ ਹੁਣ ਤੱਕ ਦੇਖ ਲਏ ਹੋਣਗੀਆਂ ਤੁਹਾਨੂੰ ਸਾਡੀ ਮਨਾਲੀ ਸੀਰੀਜ਼ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਐਂਡ ਹੋਰ ਇੱਕ ਗੱਲ ਕਿ ਵਲੋਗਸ ਨੂੰ ਜਿੰਨਾ ਹੋ ਸਕਦਾ ਪਿਆਰ ਦਿਓ ਜਿਵੇਂ ਵੀ ਤੁਹਾਨੂੰ ਵਧੀਆ ਲੱਗਣਗੇ ਅਤੇ ਹੁਣ ਵੀ ਆਰ ਸੋ ਮੱਚ ਟਾਇਰਡ ਐਂਡ ਹੁਣ ਦਿਨ ਸਭ ਤੋਂ ਸੌਂ ਵੀ ਗਏ ਨੇ ਬਿਕੋਜ਼ ਉਹਨਾਂ ਨੇ ਸਾਰੀ ਯੂਨੋ ਦਿਨ ਰਾਤ ਜਿਹੜੀ ਡਰਾਈਵ ਕੀਤੀ ਆ ਲਿਟਲ ਬਿਟ ਟਫ ਹੈ ਨਾ ਆਉਂਦੇ ਹੋਏ ਵੀ ਜਾਂਦੇ ਹੋਏ ਵੀ ਉਹਨਾਂ ਨੂੰ ਸ਼ੌਂਕ ਵੀ ਆ ਪਹਾੜਾਂ 'ਚ ਗੱਡੀ ਚਲਾਉਣ ਦਾ ਜਦੋਂ ਅਸੀਂ ਦੋਨੋਂ ਗਏ ਸੀ ਉਦੋਂ ਵੀ ਉਹਨਾਂ ਨੇ ਖੁਦ ਹੀ ਡਰਾਈਵ ਕੀਤਾ ਸੀ ਸੋ ਇੰਨਾ ਉਹਨਾਂ ਨੂੰ ਟਫ ਨਹੀਂ ਲੱਗਿਆ ਬਟ ਸਟਿਲ ਥੱਕ ਗਏ ਥੋੜ੍ਹਾ ਜਿਹਾ ਅਤੇ ਉਹ ਸੌਂ ਚੁੱਕੇ ਨੇ ਹੁਣ ਤਾਂ ਹੀ ਮੈਂ ਹੌਲੀ ਐਂਡਿੰਗ ਕਰ ਰਹੀ ਹਾਂ ਵਲੋਗ ਦੀ
ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਵਲੌਗਸ ਬਹੁਤ ਸੋਹਣੇ ਲੱਗੇ ਹੋਣਗੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫੇਸਬੁੱਕ 'ਤੇ ਆਪਾਂ ਨਵਾਂ ਪੇਜ ਬਣਾਇਆ ਆ ਉਹਨੂੰ ਵੀ ਫਟਾਫਟ ਜਾ ਕੇ ਫੋਲੋ ਕਰ ਲਓ ਮਿਸਟਰ ਐਂਡ ਮਿਸਿਜ਼ ਹੁੰਜਨ ਸੋ ਜਲਦੀ ਜਲਦੀ ਜਾਓ ਅਤੇ ਯੂਟਿਊਬ ਨੂੰ ਵੀ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਪ੍ਰੈਸ ਕਰ ਦਿਉ ਉਸ ਤੋਂ ਬਾਅਦ ਫੇਸਬੁੱਕ ਨੂੰ ਵੀ ਜਾ ਕੇ ਫੋਲੋ ਕਰ ਲਓ ਐਂਡ ਮੇਰਾ ਨਵਾਂ ਚੈਨਲ ਮੇਕਅਪ ਬਾਏ ਨਾਮ ਹੁੰਜਨ ਉਹਦੇ 'ਤੇ ਵੀ ਮੈਂ ਹੌਲੀ ਹੌਲੀ ਰੈਗੂਲਰ ਹੋ ਰਹੀ ਹਾਂ ਅਤੇ ਸੋਹਣੇ ਸੋਹਣੇ ਸਰਪ੍ਰਾਈਜ਼ ਤੁਹਾਡੇ ਲਈ ਆ ਰਿਹਾ ਉਹਦੇ 'ਤੇ ਮੈਂ ਨਵੇਂ ਨਵੇਂ ਅਪਡੇਟਸ ਵੀ ਪੋਸਟ ਕਰੂੰਗੀ ਸੂਨ ਸੋ ਉਹ ਵੀ ਦੇਖਣ ਲਈ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਚੈਨਲ ਨੂੰ ਜਿਹੜਾ ਮੇਰਾ ਇੰਸਟਾ 'ਤੇ ਪੇਜ ਆ ਉਹਨੂੰ ਫੋਲੋ ਕਰ ਲਓ ਅਤੇ ਮਿਲਦੇ ਹਾਂ ਆਪਾਂ ਤੁਹਾਨੂੰ ਹੁਣ ਨੋਰਮਲ ਜੀ ਵੀਡੀਓਜ਼ ਦੇ ਵਿੱਚ ਅਤੇ ਉਮੀਦ ਕਰਦੇ ਹਾਂ ਕੁਛ ਅਗਲਾ ਨਵਾਂ ਸੋਹਣਾ ਜਿਹਾ ਲੈ ਕੇ ਆਈਏ ਤੁਹਾਡੇ ਸਾਰਿਆਂ ਦੇ ਲਈ ਸੋ ਥੈਂਕ ਯੂ ਸੋ ਮੱਚ ਜਿੰਨਾ ਪਿਆਰ ਦੇ ਰਹੇ ਹੋ ਦਿੰਦੇ ਰਹੋ ਇਹ ਤੋਂ ਵੱਧ ਦਿੰਦੇ ਰਹੋ ਸੋ ਕੱਲ੍ਹ ਤੋਂ ਉਹੀ ਰੂਟੀਨ ਸ਼ੁਰੂ ਸ਼ੂਟਸ ਸ਼ੁਰੂ ਹੋ ਜਾਣੇ ਆ ਇਹ ਅਸੀਂ ਛੁੱਟੀਆਂ ਲੈ ਕੇ ਗਏ ਸੀ 4-5 ਅਤੇ ਕੱਲ੍ਹ ਤੋਂ ਉਹੀ ਕੰਮ ਵਾਲੀ ਰੂਟੀਨ ਸ਼ੁਰੂ ਹੋ ਜਾਣੀ ਆ ਘਰ ਦੇ ਕੰਮ ਵਿੱਚ ਸ਼ੂਟ ਐਵਰੀਥਿੰਗ ਵੀ ਹੈਵ ਟੂ ਮੈਨੇਜ ਸਾਰਾ ਕੁਛ ਮੈਨੇਜ ਕਰਨਾ ਵੀ ਚਾਹੀਦਾ ਲਾਈਫ ਬਿਜ਼ੀ ਸੋਹਣੀ ਲੱਗਦੀ ਆ ਹੈ ਨਾ ਸੋ ਮਿਲਦੇ ਹਾਂ ਅਗਲੀਆਂ ਵੀਡੀਓਜ਼ ਦੇ ਵਿੱਚ ਅਗਲੇ ਵਲੌਗਸ ਦੇ ਵਿੱਚ ਟਿਲ ਦੈਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰਾਖਾ.